ਇੱਕ ਬੱਚਾ ਜਨਾਬ ਪਲ ਗਿਆ, ਦੂਆ ਬੱਚਾ ਨਹੀਂ ਪਲਿਆ। ਮਤਲਬ ਇਹ ਹੈ ਕਿ ਇੱਕ ਪਲ ਕੇ ਖਾ ਪੀ ਕੇ ਫੱਟੀ ਉੱਪਰ ਆ ਗਿਆ, ਦੂਆ ਜਿਹੜਾ ਬੱਚਾ ਛੋਟਾ ਰਹਿ ਗਿਆ ਉਹ ਅਜੇ ਵੀ ਖਾਨੇ ਵਿੱਚ ਹੈ ਜਾਂ ਦਾਏ ਬਾਏ ਖੱਜਲ ਹੋ ਰਿਹਾ, ਦੂਜੇ ਕਬੂਤਰਾਂ ਕੋਲ ਮਾਰ ਖਾ ਰਿਹਾ, ਉਹਨੂੰ ਅਸੀਂ ਕਹਾਂਗੇ ਕਿ ਇਹ ਚੌਕ ਟੁੱਟਾ ਬੱਚਾ ਰਹਿ ਗਿਆ। ਇਹ ਅਕਸਰ ਜਗ੍ਹਾ 'ਤੇ ਤੁਹਾਨੂੰ ਇਹ ਚੀਜ਼ ਮਿਲੇਗੀ। ਜਿਹੜੀ ਮੇਰੀ ਸਮਝ ਵਿੱਚ ਚੀਜ਼ ਆ ਰਹੀ ਆ ਉਹ ਇਹ ਹੈ ਕਿ ਅਸੀਂ ਜਿਹੜਾ ਦਾਣੇ ਦੀ ਟ੍ਰੇ ਰੱਖੀ ਹੈ ਨਾ, ਕਬੂਤਰ ਆਏ ਨੇ, ਜੋੜੇ ਆਏ ਨੇ, ਉਹਨਾਂ ਮੋਟਾ ਦਾਣਾ ਪਹਿਲਾਂ ਚੁੱਕਿਆ, ਖਾਨੇ ਵਿੱਚ ਗਏ ਨੇ, ਬੱਚੇ ਨੂੰ ਚੋਗ ਦਿੱਤੀ ਹੈ, ਉਹਦੇ ਵਿੱਚ ਹੋਇਆ ਇਹ ਹੈ ਕਿ ਜਿਹੜਾ ਬੱਚਾ ਵੱਡਾ ਹੈ, ਜਿਹੜਾ ਪਹਿਲੇ ਦਿਨ ਨਿਕਲਿਆ ਹੋਇਆ, ਉਹਨੇ ਮੋਟਾ ਦਾਣਾ ਮਾਂ ਪਿਓ ਕੋਲ ਲੈ ਲਿਆ, ਅਤੇ ਜਿਹੜਾ ਛੋਟਾ ਰਹਿ ਗਿਆ ਉਹਨੇ ਅਜੇ ਚੋਗ ਨਹੀਂ ਲਈ। ਜੋੜਾ ਫਿਰ ਵਾਪਸ ਆਇਆ, ਵਾਪਸ ਆ ਕੇ ਉਹਨੇ ਤੱਕਿਆ ਜਨਾਬ ਕਿ ਟ੍ਰੇ ਵਿੱਚ ਸਿਰਫ ਬਾਜਰਾ ਹੀ ਰਹਿ ਗਿਆ, ਮੋਟਾ ਦਾਣਾ ਖਤਮ ਹੋ ਗਿਆ। ਅੱਛਾ, ਉਹ ਵਿਚਾਰੇ ਬਾਜਰਾ ਲੈ ਕੇ ਅੰਦਰ ਟੁਰ ਗਏ ਨੇ, ਅੰਦਰ ਜਿਹੜਾ ਬੱਚਾ ਨਿੱਕਾ ਉਹਨੂੰ ਦੋ ਚਾਰ ਹੀ ਦਾਣੇ ਲੱਭੇ ਨੇ, ਵੱਡਾ ਬੱਚਾ ਜਿਹੜਾ ਪਹਿਲੇ ਦਿਨ ਦਾ ਵੈ ਉਹ ਸਾਰੀ ਚੋਗ ਉਹਨੇ ਮਾਂ ਪਿਓ ਦੀ ਲੈ ਲਈ ਹੈ। ਇਹਦੀ ਵਜ੍ਹਾ ਨਾਲ ਬੱਚਾ ਜਨਾਬ ਉਹ ਚੋਗ ਟੁੱਟਾ ਰਹਿ ਗਿਆ, ਨਿੱਕਾ ਰਹਿ ਗਿਆ, ਇੱਕ ਬੱਚਾ ਪਲ ਗਿਆ। ਹੁਣ ਜਨਾਬ ਗੱਲ ਇਸ ਤਰ੍ਹਾਂ ਹੈ ਕਿ ਇਹ ਟ੍ਰੇ 'ਚ ਤੁਸੀਂ ਦੇਖ ਰਹੇ ਹੋ ਇਹ ਤੁਹਾਨੂੰ ਸਿਰਫ ਮੋਟਾ ਦਾਣਾ ਹੀ ਨਜ਼ਰ ਆ ਰਿਹਾ। ਇਹ ਮੋਟਾ ਦਾਣਾ ਸਾਨੂੰ ਥੋੜ੍ਹਾ ਜਿਹਾ ਵਧਾਉਣਾ ਪੈਣਾ, ਇਹ ਮੋਟਾ ਦਾਣਾ ਵਧਾਵਾਂਗੇ ਤਾਂ ਬੱਚੇ ਇਨਸ਼ਾਅੱਲਾ ਤਾਲਾ ਦੋਵੇਂ ਬਰਾਬਰ ਪੱਲਣਗੇ। ਇਹ ਹੋਵੇਗਾ ਇਸ ਤਰ੍ਹਾਂ ਕਿ ਜਿਲ੍ਹੇ ਇਹ ਕਬੂਤਰ ਇੱਕ ਵਾਰ ਚੋਗ ਲੈ ਕੇ ਬੱਚਿਆਂ ਨੂੰ ਚੋਗ ਦੇਣ ਜਾਣਗੇ, ਵਾਪਸ ਆਵਣਗੇ ਤਾਂ ਵਾਪਸ ਵੀ ਉਹਨਾਂ ਨੂੰ ਇਹ ਮੋਟਾ ਦਾਣਾ ਹੀ ਮਿਲੇਗਾ। ਇਹ ਜਦੋਂ ਇਹ ਬਾਰ ਬਾਰ ਆਉਣ ਜਾਣ ਕਰਨਗੇ, ਮੋਟਾ ਦਾਣਾ ਲੈ ਕੇ ਅੰਦਰ ਜਾਣਗੇ, ਤਾਂ ਇਨਸ਼ਾਅੱਲਾ ਤਾਲਾ ਬੱਚੇ ਤੁਹਾਡੇ ਜ਼ਬਰਦਸਤ ਪੱਲਣਗੇ, ਉਹ ਜਿਹੜਾ ਚੋਗ ਟੁੱਟਾ ਬੱਚਾ ਉਹ ਵੀ ਠੀਕ ਹੋ ਜਾਏਗਾ। ਅਤੇ ਮੇਨ ਵਜ੍ਹਾ ਕੀ ਹੈ ਕਿ ਦਾਣੇ ਦੀ ਕਮੀ ਹੈ। ਅਸੀਂ ਬਾਜਰੇ ਦੀ ਰੇਸ਼ੋ ਵਧਾ ਲੈਂਦੇ ਹਾਂ, ਅਸੀਂ ਦੂਜੇ ਅੱਗੇ ਪਿੱਛੇ ਦਾਣੇ ਦੀ ਰੇਸ਼ੋ ਵਧਾ ਲੈਂਦੇ ਹਾਂ, ਲੇਕਿਨ ਅਸੀਂ ਚਨੇ ਨਹੀਂ ਵਧਾਉਂਦੇ। ਚਨੇ ਮਰਕਜ਼ੀ ਕਿਰਦਾਰ ਨੇ ਬੱਚਾ ਪਲਣੇ ਵਿੱਚ। ਇਹ ਬੱਚੇ ਦੇ ਅੰਦਰ ਚਨੇ 5-6 ਵੀ ਦਿਹਾੜ ਦੇ ਟੁਰ ਜਾਣ ਤਾਂ ਉਹਦਾ ਗੁਜ਼ਾਰਾ ਹੋ ਜਾਂਦਾ। ਤਾਂ ਇਹ ਕਾਫੀ ਦੋਸਤ ਜਿਹੜਾ ਥੋੜ੍ਹਾ ਜਿਹਾ ਵੀਡੀਓ ਤਾਂ ਹੋ ਸਕਦਾ ਇਤਰਾਜ਼ ਕਰਨ ਜਾਂ ਕਹਣ ਕਿ ਦਾਣਾ ਮਹਿੰਗਾ ਜਾਂ ਬਹੁਤ ਜ਼ਿਆਦਾ ਮੋਟਾ, ਲੇਕਿਨ ਦੋਸਤੋ ਹਕੀਕਤ ਇਹੀ ਹੋਵੇ, ਮੋਟਾ ਦਾਣਾ ਟ੍ਰੇ ਵਿੱਚ ਐਂਡ ਤੱਕ ਰਹੇਗਾ ਤਾਂ ਬੱਚੇ ਇਨਸ਼ਾਅੱਲਾ ਤੁਹਾਡੇ ਪੱਲਣਗੇ। ਕੋਈ ਬੱਚਾ ਚੋਗ ਟੁੱਟਾ ਨਹੀਂ ਰਹਿਣ ਦਿਆ, ਜੋੜੀ ਬਰਾਬਰ ਪੱਲੇਗੀ ਤਾਂ ਸਿਹਤਮੰਦ ਹੋ ਕੇ ਬਾਹਰ ਆਵੇਗੀ। ਅਤੇ ਛੋਟੀ ਜਿਹੀ ਗੱਲ ਸੀ ਜਨਾਬ, ਦੂਸਰੇ ਭਾਈਆਂ ਨਾਲ ਵੀ ਇਹਨੂੰ ਸ਼ੇਅਰ ਕਰਿਓ, ਆਪਣਾ ਖਿਆਲ ਕਰਿਓ। ਅੱਲਾ ਹਾਫਿਜ਼।